ਘੇਰਾ ਪਾ ਕੇ ਰੱਖਦੇ ਨੇ ਆਪਾਂ ਨੂੰ। ਹਾਂ ਕਿਵੇਂ ਆ ਮੱਝਰਾਣੀਏ, ਬੜੀ ਸਿਆਣੀਏ। ਬਾਏ, ਦੋ ਦੋ ਬੈਗ ਲੈ ਕੇ ਚੱਲਿਆ ਜਾ ਰਾਜ, ਫੋਨ ਲੈ ਜਾਓ ਆਪਦਾ। ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੌਗਸ 'ਤੇ। ਉਮੀਦ ਕਰਦੇ ਤੁਸੀਂ ਸਾਰੇ ਵਧੀਆ ਹੋਵੋਗੇ, ਠੀਕ ਠਾਕ ਹੋਵੋਗੇ ਅਤੇ ਵਾਹਿਗੁਰੂ ਜੀ ਦੀ ਕਿਰਪਾ ਨਾਲ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ। ਅਤੇ ਲਓ ਜੀ, ਯਾਰ ਤੁਸੀਂ ਦੇਖ ਲਿਆ ਸਕੂਲੇ ਚਲੇ ਗਿਆ, 3 ਤਰੀਕ ਦਿਨ ਬੁੱਧਵਾਰ, ਅਤੇ ਮੋਰਨਿੰਗ ਦਾ ਹੀ ਸਮਾਂ ਸੀਗਾ ਇਹ। ਜਦੋਂ ਟਾਈਮ ਇੱਥੇ ਜਾਣੀ ਥੋੜ੍ਹਾ ਜਿਹਾ ਟਾਈਮ ਓਵਰ ਹੋ ਗਿਆ ਸੀ, ਥੋੜ੍ਹਾ ਜਿਹਾ ਜਾਣੀ ਕਿ ਮੈਨੂੰ ਲੱਗਦਾ ਵੀ ਇੱਥੇ ਸ਼ਾਇਦ 9:15 ਦਾ ਟਾਈਮ ਸੀ। ਅਤੇ ਮੈਨੂੰ ਲੱਗਦਾ ਸੀ ਮੈਂ ਜਿਹਾਰ ਜਦੋਂ ਸਕੂਲ ਜਾਊਗਾ ਉਦੋਂ ਹੀ ਮਸ਼ੀਨ ਲਾ ਦੂੰਗੀ ਉਦੋਂ, ਬਟ ਲਾਈਟ ਹੀ ਨਹੀਂ ਸੀਗੀ। ਲਾਈਟ ਆਵੇ, ਚਮਕੇ ਜੇ ਮਾਰ ਕੇ ਚਲੀ ਜਾਵੇ, ਆਵੇ ਤਾਂ ਚਮਕੇ ਜੇ ਮਾਰ ਕੇ ਚਲ ਜਾਵੇ। ਅਤੇ ਫਿਰ ਮੈਂ ਆਪਦਾ ਜਿਹੜਾ ਕੰਮ ਸੀਗਾ ਅੰਦਰਲਾ ਕਰ ਲਿਆ, ਅਤੇ ਫਿਰ ਬਾਅਦ ਦੇ ਵਿੱਚ ਮਸ਼ੀਨ ਲਾਈ। ਮਸ਼ੀਨ ਲਾਉਣ ਤੋਂ ਬਾਅਦ ਤੁਸੀਂ ਦੇਖੋ ਕਿੰਨੇ ਸਾਰੇ ਕੱਪੜੇ ਧੋਤੇ, ਨਾ ਸੋਮਵਾਰ ਧੋਤੇ ਨਾ ਮੰਗਲਵਾਰ ਧੋਤੇ, ਅਤੇ ਫਿਰ ਅੱਜ ਬੁੱਧਵਾਰ ਨੂੰ ਤਾਂ ਕੱਪੜਿਆਂ ਦਾ ਢੇਰ ਸਾਰਾ ਹੋਣਾ ਹੀ ਸੀਗਾ। ਅਤੇ ਕਾਫੀ ਸਾਰੇ ਕੱਪੜੇ ਧੋਣ ਤੋਂ ਬਾਅਦ, ਫਰਸ਼ ਧੋਣ ਤੋਂ ਬਾਅਦ, ਫਿਰ ਮੈਂ ਕਣਕ ਬਾਹਰ ਕਢਵਾਈ। ਇਹਨਾਂ ਨੂੰ ਕਿਹਾ ਵੀ ਕਣਕ ਬਾਹਰ ਕੱਢੋ ਵੀ ਆਪਾਂ ਇਹਨੂੰ ਫੋਲਦੀ ਹੈ ਧੁੱਪ ਦੇ ਵਿੱਚ, ਕਿਉਂਕਿ ਇਹ 2 ਤਰੀਕ ਦੀ ਧੋਤੀ ਹੋਈ ਸੀਗੀ। ਅਤੇ ਹੁਣ ਤਾਂ ਸੁੱਕ ਗਈ, ਅੱਜ ਵੀ ਨਹੀਂ ਥੈਲੇ ਵਿੱਚ ਪਈ, ਇਹ ਟਾਈਮ ਹੀ ਨਹੀਂ ਲੱਗਿਆ। ਅਤੇ ਅੱਜ ਮੇਰੀ ਥੋੜ੍ਹੀ ਜਿਹੀ ਤਬੀਅਤ ਠੀਕ ਵੀ ਨਹੀਂ ਸੀਗੀ, ਹੈ ਨਾ। ਅਤੇ ਆਹ ਜਦੋਂ ਮੈਂ ਕੰਮ ਕਰਦੀ ਪਈ ਹਾਂ 3 ਤਰੀਕ ਨੂੰ, ਉਦੋਂ ਠੀਕ ਸੀ। ਫਿਰ ਮੈਨੂੰ ਸਾਰੇ ਜਣੇ ਬੋਲਦੇ ਆ ਵੀ ਜਦੋਂ ਤੂੰ ਹੈ ਨਾ ਟਿਕਦੀ ਨਹੀਂ ਹੈਗੀ, ਵੀ ਦੂਜੇ ਦਿਨ ਤੇਰਾ ਜਿਹੜਾ ਹੈ ਨਾ ਵੀ ਐਨਰਜੀ ਡਾਊਨ ਹੋ ਜਾਂਦੀ ਆ। ਫਿਰ ਹੁਣ ਜੇ ਮੈਂ ਟਿਕ ਕੇ ਬੈਠ ਗਈ, ਫਿਰ ਜੇ ਇਹਨਾਂ ਨੂੰ ਸਮਝਾਉਣ ਵਾਲਾ ਹੋਵੇ ਕੋਈ, ਤੁਸੀਂ ਵੀ ਕਮੈਂਟਸ ਦੇ ਵਿੱਚ ਦੱਸ ਕੇ ਜਾਇਓ, ਹੈ ਨਾ, ਵੀ ਜੇ ਮੈਂ ਨਾ ਕੰਮ ਕੀਤਾ ਫਿਰ ਇਹ ਸਾਰੇ ਜਿਹੜੇ ਕੰਮ ਨੇ ਤਾਂ ਕਰੂਗਾ ਕੌਣ। ਗਰਮੀ ਆ ਗਿਆ ਉੱਥੇ, ਧੁੱਪੇ ਕਣਕ ਸੁੱਕਣੀ ਪਤਾ, ਹੁਣ ਬੱਦਲ ਜਿਹਾ ਹੋ ਗਿਆ, ਨਾਲੇ ਮੈਂ ਸ਼ਾਮਾਂ 'ਚ ਸੀਗੀ। ਇੱਕ ਨਾ ਮੇਰੇ ਮੂੰਹ 'ਤੇ ਪਤਾ ਨਹੀਂ ਕੀ ਹੋਇਆ, ਇੱਥੇ ਇੱਥੇ ਖਾਜ ਹੋਈ ਜਾਂਦੀ ਹੈ, ਰੈਸ਼ ਜਿਹੀ ਹੋਈ ਪਈ, ਐਲਰਜੀ ਹੋ ਗਈ। ਲੈ ਕੇ ਜਾਇਓ ਹੁਣ ਐਲਰਜੀ ਵਾਲੀ ਦਵਾਈ ਲਿਆ ਕੇ ਦਿਓ। ਅੱਜ ਥੱਕ ਗਈ ਮੈਂ, ਅੱਜ ਹਾਲੇ ਝਾੜੂ ਪੋਚਾ ਕਰਨਾ, ਟਾਈਮ ਪਤਾ ਕਿੰਨਾ ਹੋ ਗਿਆ, 11 ਵਜ ਗਏ, 11:15 ਹੋ ਗਏ, 1 ਮਿੰਟ ਰਹਿ ਗਿਆ 11 ਵਜਣ 'ਚ। ਨਿਆਣੇ ਦਾ ਕੀ ਪੰਗਾ ਹੋ ਗਿਆ ਤੁਹਾਨੂੰ? ਅੱਛਾ ਸਬਜ਼ੀ ਦਾ, ਅੱਛਾ ਸਬਜ਼ੀ ਦਾ ਪੁੱਛੀ ਜਾਂਦੇ ਮੇਰੇ ਤੋਂ ਵੀ ਮੈਂ ਚੱਲਿਆ ਕੋਈ ਸਬਜ਼ੀ ਮੰਗਵਾਉਣੀ ਆ ਤਾਂ ਦੱਸ ਦੇ, ਕੱਦੂ ਜੇ ਮੈਨੂੰ ਨਹੀਂ ਵਧੀਆ ਲੱਗਦਾ, ਮੈਂ ਕਿਹੜਾ ਕੋਈ ਰੱਜ ਕੇ ਖਾਣੀ ਆ। ਨਿਆਣੇ ਨਹੀਂ ਖਾਂਦੇ ਹੈਗੇ, ਅਸਲੀ ਗੱਲ ਤਾਂ ਇਹ ਆ, ਬਣਾਉਣ ਨੂੰ ਤਾਂ ਕੁਛ ਵੀ, ਮੈਂ ਚਣੇ ਚੁਣੇ ਬਣਾ ਲੂੰ, ਚਣੇ ਖਾ ਲੈਂਦੇ ਆ, ਚਣੇ ਭਿਉਂ ਦਿੰਦੀ ਹਾਂ, ਚਣੇ ਚਾਹੇ ਵਾਈਟ ਹੋਣ ਚਾਹੇ ਬਲੈਕ ਹੋਣ ਉਹ ਖਾ ਲੈਂਦੇ ਆ। ਮਟਰ ਅੱਜ ਕੱਲ੍ਹ ਮਟਰ ਫਿਰ ਉਹ ਲੋਕ ਨੇ ਯਾਰ, ਅਸੀਂ ਥੋੜ੍ਹੀ ਹਾਂ, ਅਸੀਂ ਤਾਂ ਚੰਦ ਤੋਂ ਗਿਰੇ ਹੋਏ ਹਾਂ। ਆਹ ਦੇਖ ਲਓ ਕੀ ਕਹਿੰਦੇ ਆ, ਟੌਰ ਕੱਢੀ ਫਿਰਦੇ ਪੂਰੀ ਐਨ, ਉਰੇ ਆਇਓ ਟੌਰ ਤਾਂ ਦਿਖਾਇਓ ਵੀ। ਲਓ ਜੀ ਆਪਾਂ ਤੁਹਾਡੀ ਟੌਰ ਦਿਖਾ ਦਿੰਦੇ, ਚਿੱਟਾ ਕੁੜਤਾ ਪਜਾਮਾ ਜੱਟ ਜੱਕ। ਹੈਲੋ ਜੀ, ਮੈਂ ਤੁਹਾਡੀ ਪੂਰੀ ਆਊਟਲੁੱਕ ਦਿੰਦੀ ਸੀ, ਲਓ ਫੜੋ ਲਓ, ਆਪਾਂ ਬੈਕ ਕੈਮਰੇ ਨਾਲ ਦਿਖਾ ਦਿੰਦੇ। ਲਓ ਜੀ ਜੱਟ ਨਹਾ ਧੋ ਕੇ ਰੈਡੀ, ਆਕੜ ਕੇ ਕਹਾਂ ਖੜੇ ਰੋਹ ਮਾਰਦੇ ਮੇਰੇ ਤੇ, ਕਿਉਂ ਡਰਾਉਂਦੇ ਹੋ ਮੈਨੂੰ, ਅੱਜ ਤਾਂ ਮੇਰੇ ਨਿਆਣੇ ਵੀ ਨਹੀਂ ਘਰੇ, ਡਰਾਈ ਜਾਂਦੇ ਮੈਨੂੰ, ਰਾਤ ਲੜ ਪਏ ਦੀ ਹੈ ਸਾਡੇ ਨਾਲ, ਰਾਤ ਲੜ ਪਏ ਸੀ, ਰਾਤ ਲੜਦੇ ਕਹਤੇ ਸੀ, ਮੈਨੂੰ ਕਹਿੰਦੇ ਸਿਰ 'ਤੇ ਕੱਪੜਾ ਰੱਖ ਵੀ ਤੂੰ ਸਿਰ ਕਮਜ਼ੋਰਾ ਅਤੇ ਧੁੱਪ ਲੱਗਦੀ ਆ, ਰੁਮਾਲਾਂ ਹੱਥ ਪਈਆਂ ਨੇ, ਹਾਏ ਮੈਂ ਰੋਜ਼ ਮੈਂ
ਵੀ ਹੈ ਨਾ ਸਾਰੀਆਂ ਚੀਜ਼ਾਂ ਟਿਕਾਣੇ 'ਤੇ ਰੱਖ ਰੱਖ ਥੱਕੀ ਪਈਆਂ ਵੀ ਆਪ ਚੱਕ ਲੈਣਗੇ, ਪਰ ਕਿੱਥੇ ਕੋਈ ਚੀਜ਼ ਇਹਨਾਂ ਨੇ ਆਪ ਨਹੀਂ ਚੱਕਣੀ। ਹੋ ਪਈ ਆ ਟੋਕਰੀ 'ਚ ਇੱਕ ਬੈੱਡ 'ਤੇ, ਉਹਦੇ ਉੱਤੇ ਉਹ ਨਿਰਮਾਲਾ ਨੇ, ਉਹ 'ਚੋਂ ਚੱਕ ਲਓ। ਮੈਂ ਰੋਜ਼ ਨਿਆਣੇ ਲੋੜ ਹੁੰਦੀ ਆ, ਮੈਂ ਤਾਂ ਐਲਰਜੀ ਵਾਲੀ ਦਵਾਈ ਲਿਆ ਕੇ ਦੇਵੋ ਪਹਿਲਾਂ, ਮੈਂ ਤਾਂ ਮੈਂ ਲੱਭ ਕੇ ਦਿੰਦੀ ਇਹਨਾਂ ਨੂੰ। ਅਤੇ ਲਓ ਜੀ, ਇਹ ਚਲੇ ਗਏ ਸੀਗੇ ਮੰਡੀ, ਜਾਣੀ ਕਿ ਦਰਾਹੇ ਨੂੰ ਜੇ ਆਰ ਦੇ ਸਕੂਲੇ ਐਡਮਿਸ਼ਨ ਕਰਵਾਉਣ, ਅਤੇ ਉਸ ਤੋਂ ਬਾਅਦ ਫਿਰ ਹੁਣ ਇੱਥੇ ਟਾਈਮ ਸ਼ਾਇਦ 1-1 ਵੱਜਿਆ ਹੋਇਆ ਸੀਗਾ। ਇਹਨਾਂ ਦੇ ਜਾਣ ਤੋਂ ਬਾਅਦ ਮੈਂ ਸਾਰਾ ਝਾੜੂ ਪੋਚਾ ਕੀਤਾ, ਝਾੜੂ ਪੋਚਾ ਕਰਕੇ ਮੈਂ ਨਹਾਈ, ਨਹਾ ਕੇ ਥੋੜ੍ਹਾ ਟਾਈਮ ਰੈਸਟ ਜੀ ਕੀਤੀ ਸੀ, ਥੋੜ੍ਹਾ ਟਾਈਮ ਕੀਤੀ ਸੀ, ਜ਼ਿਆਦਾ ਨਹੀਂ ਸੀ ਕੀਤੀ, ਬਸ 10 ਮਿੰਟ ਬੈਠੀ ਹੋਣੀ, ਉਹ ਵੀ ਫੋਨ ਫਾਨ ਚਲਾ ਲਿਆ ਹੋਣਾ ਮੈਂ। 1-1 ਵਜੇ ਦਾ ਟਾਈਮ ਸੀਗਾ, ਅਤੇ ਫਿਰ ਮੈਂ ਲੱਗੀ ਸੀਗੀ ਪ੍ਰੈੱਸ ਕਰਨ, ਥੋੜ੍ਹੇ ਜਿਹੇ ਕੱਪੜਿਆਂ ਦਾ ਖਲਾਰਾ ਪਿਆ ਪਿਆ ਸੀ, ਕੱਪੜੇ ਵੀ ਜਿਹਾਰ ਦੇ ਜਿਹੜੇ ਇਹਨਾਂ ਦੇ ਕੁੜਤੇ ਪਜਾਮੇ ਜਿਹੜੇ ਬਣ ਕੇ ਆਏ ਸੀ ਨਾ, ਇਹਨਾਂ ਨੇ ਤਾਂ ਮਤਲਬ 1 ਆਪਦਾ ਪਾ ਲਿਆ, ਅਤੇ 1 ਮੈਂ ਰੱਖਤਾ ਸੀ ਅਲਮਾਰੀ ਦੇ ਵਿੱਚ, ਅਤੇ ਜਿਹਾਰ ਦੇ ਸੀਗਾ ਹੈ ਨਾ ਕੁੜਤਾ ਪਜਾਮਾ, ਉਹਨੇ ਪਾਇਆ ਅਤੇ ਪਾ ਕੇ ਖੋਲ੍ਹ ਕੇ ਸਿੱਟਤਾ, ਅਤੇ ਪਤਾ ਨਹੀਂ ਕੀ ਇਹਨੂੰ ਚਾਅ ਚੜਿਆ ਸੀ, ਮੈਂ ਕੁੜਤਾ ਪਜਾਮਾ ਬਣਾ ਕੇ ਦਿਓ, ਕੁੜਤਾ ਪਜਾਮਾ ਬਣਾ ਤਾਂ ਲਿਆ ਬਟ ਪਾਉਣਾ ਹੈ ਨਹੀਂ, ਜਿਹੜਾ ਮੈਂ ਨਾ 1 ਆਪਦੇ ਆਹ ਵਾਲੇ ਸੂਟ ਤੋਂ ਪਹਿਲਾਂ ਕੁੜਤੇ ਨੂੰ ਪ੍ਰੈੱਸ ਕਰੀ ਆ, ਉਹ ਪਿਆ ਹੀ ਉੱਚਾ ਹੋ ਗਿਆ, ਬਸ ਉਹ ਟੇਲਰ ਦੇ ਉਹੀ ਕਰਨ ਨੂੰ ਗਿਆ ਸੀਗਾ ਹੈ ਨਾ, ਥੋੜ੍ਹਾ ਜਿਹਾ ਵੀ ਇੱਦਾਂ ਦਾ ਗਲਮਾ ਬਣਾਉਣਾ ਆ ਅਤੇ ਇੱਦਾਂ ਦੀਆਂ ਬਾਹਾਂ ਬਣਾਉਣੀਆਂ ਨੇ, ਅਤੇ ਬਸ 1-2 ਸੂਟ ਜੇ ਪਏ ਸੀ, ਮੈਂ ਪ੍ਰੈੱਸ ਕਰਨ ਲੱਗ ਗਈ, ਉਹ ਵੀ ਮੈਨੂੰ ਲੱਗਿਆ ਵੀ ਹੈ ਨਾ ਮੇਰੇ ਕੋਲ ਟਾਈਮ ਸੀਗਾ ਵੀ ਮੈਂ ਪ੍ਰੈੱਸ ਕਰਦਾ ਅਤੇ ਕੱਪੜੇ ਚੱਕ ਦੇਵਾਂ, ਖਲਾਰਾ ਜਿਹਾ ਚੰਗਾ ਨਹੀਂ ਲੱਗਦਾ ਹੈਗਾ ਹੈ ਨਾ। ਅਤੇ ਪਲੀਜ਼ ਜੇਕਰ ਤੁਸੀਂ ਵੀਡੀਓ 'ਤੇ ਪਹਿਲੀ ਵਾਰੀ ਆਏ ਹੋ ਤਾਂ ਵੀਡੀਓ ਨੂੰ ਲਾਈਕ ਕਰ ਦਿਓ, ਅਤੇ ਐਂਡ ਸ਼ੇਅਰ ਜ਼ਰੂਰ ਕਰ ਦਿਆ ਕਰੋ, ਅਤੇ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ, ਅਤੇ ਚੈਨਲ ਨੂੰ ਬੈੱਲ ਦੇ ਨਾਲ ਸਬਸਕ੍ਰਾਈਬ ਜ਼ਰੂਰ ਕਰ ਲਿਓ। ਅਤੇ ਲਓ ਜੀ, ਉਸ ਤੋਂ ਬਾਅਦ ਫਿਰ ਟਾਈਮ ਹੋ ਗਿਆ ਸੀਗਾ ਸ਼ਾਮ ਦਾ, ਸ਼ਾਮ ਦੇ ਮੇਰੇ ਖਿਆਲ ਨਾਲ 4 ਵਜੇ ਹੋਏ ਸੀਗੇ, ਅਤੇ ਇਹ ਗਏ ਸੀਗੇ ਗੁਰਦੁਆਰਾ ਸਾਹਿਬ ਜੁਝਾਰ ਅਤੇ ਜੁਝਾਰ ਦਾ ਡੈਡੀ ਮੱਥਾ ਟੇਕਣ, ਅਤੇ ਮੱਥਾ ਆਪਾਂ ਟੇਕਿਆ। ਅੱਜ ਤੁਹਾਡੇ ਲਈ ਖੁਸ਼ੀ ਦੀ ਉਹ ਗੱਲ ਆ ਹੈ ਨਾ, ਅਤੇ ਮੈਂ ਤੁਹਾਨੂੰ ਪਿਛਲੇ ਅਤੇ ਖੁਸ਼ੀ ਦੀ ਉਹ ਗੱਲ ਆ, ਅਤੇ ਮੈਂ ਇਹ ਖੁਸ਼ੀ ਤੁਹਾਡੇ ਨਾਲ ਸ਼ੇਅਰ ਕਰਨੀ ਮੇਰੀ ਬਣਦੀ ਵੀ ਆ, ਅਤੇ ਤੁਸੀਂ ਮੇਰੀ ਫੈਮਿਲੀ ਹੋ ਹੈ ਨਾ, ਤੁਹਾਡੇ ਸਦਕਾ ਹੀ ਜੋ ਵੀ ਹੈ ਨਾ, ਦੁੱਖ ਸੁੱਖ ਸਾਰਾ ਕੁਛ ਮੈਂ ਤੁਹਾਡੇ ਨਾਲ ਹੀ ਸਾਂਝਾ ਕਰਨਾ ਹੁੰਦਾ, ਕਿਉਂਕਿ ਡੇਲੀ ਆਪਾਂ ਵੀਡੀਓ ਪਾਉਣੀ ਆ, ਤੁਸੀਂ ਵੀ ਮੇਰੀ ਇੱਕ ਹੈ ਨਾ ਫੈਮਿਲੀ ਹੋ, ਮੇਰਾ ਪਰਿਵਾਰ ਹੋ ਹੈ ਨਾ, ਤੁਹਾਡੇ ਨਾਲ ਹੀ ਹਰ ਇੱਕ ਦੁੱਖ ਸੁੱਖ ਸਾਂਝਾ ਕਰਨਾ ਮੇਰਾ ਬਣਦਾ ਆ, ਅਤੇ ਨਾਲੇ ਆਪਾਂ ਦੱਸਣਾ ਵੀ ਹੋਰ ਕਿਹਨੂੰ ਹੁੰਦਾ ਹੈ ਨਾ, ਜਿਹੜਾ ਆਪਾਂ ਨੂੰ ਪਿਆਰ ਕਰਦਾ ਹੈ ਨਾ, ਵੀ ਉਹਨੂੰ ਹੀ ਦੱਸਣਾ ਹੁੰਦਾ, ਹੋਰ ਆਪਾਂ ਕਿਹਨੂੰ ਇੱਥੇ ਰੌਲਾ ਪਾ ਕੇ ਦੱਸਣਾ, ਜਾਂ ਸਭ ਤੋਂ ਵੱਡੇ ਮੇਰੇ ਆਹ ਸਤਿਗੁਰ ਮਹਾਰਾਜ ਹੈ ਨਾ, ਗੁਰੂ ਗ੍ਰੰਥ ਸਾਹਿਬ ਜੀ ਮੇਰੇ ਗੁਰੂ ਦਸੇ ਗੁਰੂ ਹੈ ਨਾ, ਜਿਹਨਾਂ ਅੱਗੇ ਮੇਰਾ ਸਿਰ ਝੁਕਦਾ, ਉਹਨਾਂ ਨੂੰ ਇਹ ਦੱਸਣਾ ਹੈ। ਅਤੇ ਲਓ ਜੀ, ਇਹ ਘਰ ਆ ਗਏ ਮੱਥਾ ਟੇਕ ਕੇ, ਮੱਥਾ ਆਪਾਂ ਕਿਸ ਖੁਸ਼ੀ ਦੇ ਵਿੱਚ ਟੇਕਿਆ ਤੁਹਾਨੂੰ ਅੱਗੇ ਜਾ ਕੇ ਜ਼ਰੂਰ ਦੱਸਦੀ ਹਾਂ, ਜੁੜੇ ਰਹੋ ਪਲੀਜ਼ ਵਲੋਗ ਦੇ ਨਾਲ ਐਂਡ ਤੱਕ, ਅਤੇ ਦੱਸਦੇ ਹਾਂ ਤੁਹਾਨੂੰ ਮੱਥਾ ਆਪਾਂ ਕਿਸ ਖੁਸ਼ੀ ਟੇਕਿਆ, ਅਤੇ ਤੁਸੀਂ ਵੀ ਲਓ ਭੋਗ ਜੀ, ਤੁਹਾਨੂੰ ਵੀ ਅੱਜ ਭੋਗ ਦੇ ਰਹੇ ਹਾਂ ਭੋਗ। ਅੱਜ ਬਦਾਣਾ ਮੰਗਵਾਇਆ ਸੀਗਾ ਆਪਾਂ ਨੇ, ਲੱਡੂ ਨਹੀਂ ਸੀ ਮੰਗਵਾਏ, ਮੈਂ ਇਹਨਾਂ ਨੂੰ ਕਿਹਾ ਸੀਗਾ ਵੀ ਬਦਾਣਾ ਲੈ ਕੇ ਆਇਓ, ਮੇਰਾ ਬਹੁਤ ਦਿਲ ਕਰਦਾ ਸੀ ਬਦਾਣਾ ਖਾਣ ਨੂੰ, ਅਤੇ ਬਾਕੀ ਇਹਨਾਂ ਨੂੰ ਵੀ ਠੀਕ ਲੱਗਿਆ ਹੈ ਨਾ, ਵੀ ਇਹ ਕਹਿੰਦੀ ਹੈ, ਪਹਿਲਾਂ ਇਹ ਵੀ ਕਹਿੰਦੇ ਸੀਗੇ, ਕਹਿੰਦੇ ਲੱਡੂ ਲਿਆਊਂਗਾ, ਮੈਂ ਨਹੀਂ ਲੱਡੂ ਨਹੀਂ ਲੈ ਕੇ ਆਉਣੇਗੇ, ਬਦਾਣਾ ਲੈ ਕੇ ਆਇਓ ਤੁਸੀਂ। ਫਿਰ ਇਹ ਕਹਿੰਦੇ ਫਿਰ ਮੈਂ ਕਿਵੇਂ ਲੈ ਕੇ ਆਊਂ, ਮੈਂ ਚੱਲ ਹੈ ਨਾ ਉਨੇ ਜਿੰਨੇ ਆਪਾਂ ਲੱਡੂ ਲੈ ਕੇ ਆਉਣੇ ਉਨਾ ਬਦਾਣਾ ਲਿਆਇਓ ਤੁਸੀਂ। ਫਿਰ ਇਹ ਨਾ ਦਰਾਹੇ ਤੋਂ ਆਉਂਦੇ ਹੋਏ ਬਾਬਾ ਸ਼ਹੀਦਾਂ 'ਤੇ ਤਾਂ ਮੱਥਾ ਟੇਕ ਕੇ ਆਏ ਸੀ, ਅਤੇ ਗੁਰਦੁਆਰਾ ਸਾਹਿਬ ਫਿਰ ਇਹ ਜੁਝਾਰ ਦੇ ਸਕੂਲੋਂ ਆਏ ਅਤੇ ਗਏ ਸੀ। ਦੁਬਾਰਾ ਦੱਸੀ ਕਿੱਥੋਂ ਜੁਝਾਰ ਦੇ ਸਕੂਲ, ਇੱਕ ਬੱਚਾ ਪਤਾ ਕਿੱਥੋਂ ਆਇਆ, ਕਿੱਥੋਂ ਆਇਆ, ਕਲਾਸ ਵਿੱਚ, ਕਿੱਥੋਂ ਆਇਆ, ਉੱਤਰਾਖੰਡ, ਕਹਿੰਦਾ ਕਹਿੰਦਾ ਉੱਤਰਾਖੰਡ ਚੋਂ ਆਇਆ, ਉੱਤਰਾਖੰਡ, ਮੈਂ ਕਿਹਾ ਉੱਤਰਾਖੰਡ ਹੁੰਦਾ, ਕਹਿੰਦਾ ਉੱਤਰਾਖੰਡ, ਮੰਮੀ ਡੈਡੀ ਦਾ ਟ੍ਰਾਂਸਫਰ ਹੋ ਜਾਂਦਾ। ਲਓ ਜੀ, ਜੱਟ ਸ਼ੁਕਰਾਨੇ ਵਜੋਂ ਮੱਥੇ ਟੇਕੀ ਜਾਂਦਾ ਆ, ਗਾਣੇ ਨਹੀਂ ਸਮਝ ਲੱਗਦੀ, ਜੇ ਕਿਸੇ ਨੂੰ ਗਾਣਾ ਇਹ ਪਤਾ ਵੀ ਕਿਹਦਾ ਕਿਹੜੇ ਸਿੰਗਰ ਦਾ ਗਾਣਾ, ਖੜ ਜਾਓ।
ਪਤਾ ਨਹੀਂ ਸਮਝ ਲੱਗਦੀ, ਜੱਟ ਸ਼ੁਕਰਾਨੇ ਵਿੱਚ ਮੱਥੇ ਟੇਕੀ ਜਾਂਦਾ ਇਹ ਕਿਹੜੇ ਸਿੰਗਰ ਦਾ ਗਾਣਾ, ਜੇ ਕਿਸੇ ਨੂੰ ਪਤਾ ਤਾਂ ਪਲੀਜ਼ ਕਮੈਂਟ ਦੇ ਵਿੱਚ ਦੱਸ ਕੇ ਜਾਇਓ। ਲੱਭਿਆ ਨਹੀਂ, ਯੂਟਿਊਬ 'ਤੇ ਸਰਚ ਮਾਰੀ ਹੈ ਨਾ, ਮੈਨੂੰ ਲੱਭਿਆ ਹੀ ਨਹੀਂ, ਪਤਾ ਨਹੀਂ ਓਲਡ ਆ ਪਤਾ ਨਹੀਂ ਨਿਊ ਆ ਪਤਾ ਨਹੀਂ, ਬਾਕੀ ਸਿੰਗਰ ਬੰਦੇ ਨੂੰ ਕਿਹਾ ਹੋਇਆ ਵੀ ਲੱਭ ਕੇ ਦਈ, ਜੇ ਉਹਦਾ ਟਾਈਮ ਲੱਗੇ ਤਾਂ ਲੱਭ ਕੇ ਤਾਂ ਉਹਨੇ ਪੱਕਾ ਦੇ ਦੇਣਾ। ਸਿੰਗਰ ਵੀਰਾ ਇੱਕ ਆ ਵੀ ਬੈਠਾ ਕੋਲੇ ਸਿੰਗਰ, ਛੋਟਾ ਸਿੰਗਰ, ਪਤਾ ਨਹੀਂ ਰਤਨ ਨੂੰ ਜਿਹੜੀ ਪਾ ਲੈ ਕੇ ਗਏ, ਮੈਂ ਇੰਨੀ ਰਤਨ ਨੂੰ ਚਾਹ ਪੀਂਦਾ, ਮੈਂ ਉਹਨੂੰ ਪਾ ਕੇ ਦਿੱਤੀ, ਉਹਦੇ ਵਿੱਚੋਂ ਘੁੱਟਾ ਪੀ ਕੇ ਦੋਵੇਂ ਜਣੇ ਇਕੱਠੇ ਪੱਠਿਆਂ ਨੂੰ ਚਲੇ ਗਏ। ਫਿਰ ਉਹੀ ਤੁਸੀਂ ਗੇੜ ਆਪਦੀ ਤਾਂ ਪੀਤੀ ਨਹੀਂ, ਰਤਨ ਨੂੰ ਇੰਨੀ ਕੁ ਚਾਹ ਭੇਜਦੀ ਹੁੰਦੀ ਹੈ ਮੈਂ, ਉਹ ਇੰਨੀ ਕੁ ਲੈਂਦਾ ਹੁੰਦਾ ਹੈ ਨਾ, ਉਹ ਕਹਿੰਦਾ ਬਸ ਘੁੱਟ ਕੇ ਚਾਹ ਪਵਾ ਕੇ ਗਲਾਸ 'ਚ, ਕਹਿੰਦਾ ਬਸ ਬਸ ਬਸ, ਜਿਹੜੀ ਬਸ ਬਸ ਬੱਸ ਵਾਲੀ ਚਾਹ ਸੀ ਉਹ ਇਹ ਪੀ ਕੇ ਆਰਾਮ ਨਾਲ ਗਲਾਸ ਰੱਖ ਕੇ ਪੱਠੇ ਵੱਢਣ ਚਲੇ ਗਏ। ਚਲੋ ਚਾਹ ਕਰਦੀ ਹੈ, ਨਹੀਂ ਤਾਂ ਫਿਰ ਉੱਦਣ ਵਾਲਾ ਕੰਮ ਹੋ ਜੂ, ਬੰਦਾ ਰੁੱਸ ਜੂ, ਬੰਦਾ ਰੁੱਸਿਆ ਲੋਟ ਨਹੀਂ ਆਉਣਾ ਜੇ ਰੁੱਸ ਗਿਆ ਪਰਾਉਣਾ। ਮੈਨੂੰ ਹਾਸਾ ਆ ਗਿਆ, ਲਓ ਜੀ ਚਾਹ ਬਣ ਗਈ, ਚਾਹ ਪੀ ਲਓ ਗਾਈਸ, ਡਾਰਲਿੰਗ ਚਾਹ ਪੀ ਲਓ। ਮੈਂ ਹੁਣੇ ਹੁਣੇ ਵੀਡੀਓ 'ਤੇ ਕਮੈਂਟ ਦੇਖਿਆ ਜਿਹੜੀ ਵੀਡੀਓ 'ਚ ਕਿਹਾ ਸੀਗਾ ਵੀ ਚਾਹ ਨਹੀਂ ਬਣਾ ਕੇ ਦਿੱਤੀ ਰੁੱਸ ਗਏ, ਉਹ ਚਾਹ ਨਾ ਬਣਾ ਕੇ ਦੇਣ ਦਾ ਕਾਰਨ ਪਤਾ ਕੀ ਸੀਗਾ, ਚਾਹ ਬਣਾ ਕੇ ਇਹਨਾਂ ਨੂੰ ਦੇਵੋ ਮੈਂ ਨਹੀਂ ਪੀਣੀ। ਮੈਂ ਇਹਨਾਂ ਨੂੰ ਕਿਹਾ ਸੀ ਵੀ ਜੇ ਤੁਸੀਂ ਚਾਹ ਪੀਣੀ ਆ ਤਾਂ ਖੁਦ ਬਣਾ ਕੇ ਪੀਵੋ, ਇਹਦਾ ਮਤਲਬ ਇਹ ਥੋੜ੍ਹੀ ਆ ਵੀ ਮਿਲਦੀ ਨਹੀਂ ਹੈਗੀ, ਮਿਲਦਾ ਸਾਰਾ ਕੁਛ ਆ ਸਾਡੇ ਘਰੇ, ਚਾਹ ਮੁੰਡੇ ਚਾਹ ਉਬਲ ਜੂ, ਚਾਹ ਨਹੀਂ ਬਣਦੀ ਗੀ ਸਾਡੇ ਘਰੇ, ਦੁੱਧ 'ਚ ਪੱਤੀ ਪੈਂਦੀ ਆ ਹੈ ਨਾ, ਦੁੱਧ ਪੱਤੀ ਕਹਿ ਸਕਦੇ ਹਾਂ, ਬਈ ਇਹ ਨਹੀਂ ਹੈਗਾ ਵੀ ਅਸੀਂ ਪਾਣੀ ਉਬਾਲ ਕੇ ਉਹਦੇ ਵਿੱਚ ਪੱਤੀ ਪਾ ਕੇ ਮਿੱਠਾ ਪਾ ਕੇ ਫਿਰ ਦੁੱਧ ਪਾਉਂਦੇ ਹਾਂ, ਅਸੀਂ ਪਾਣੀ ਪਾਉਂਦੇ ਹੀ ਨਹੀਂ ਗੇ, ਅਸੀਂ ਦੁੱਧ ਪਾਉਂਦੇ ਹਾਂ ਡਾਇਰੈਕਟ, ਦੁੱਧ ਦੇ ਵਿੱਚ ਪੱਤਾ ਪੱਤੀ ਅਤੇ ਮਿੱਠਾ ਪਾ ਲਈਦਾ, ਠੀਕ ਹੈ ਜੀ, ਪਾ ਦੇਣੀ ਅੱਜ ਸਾਡੀ, ਅਤੇ ਮੈਨੂੰ ਚਾਹ ਹੈ ਨਾ, ਮੈਨੂੰ ਆ ਮੈਨੂੰ ਤਾਂ ਕਹਿੰਦੇ ਨੇ ਪੀਣੀ ਨਹੀਂ ਗੀ, ਅਤੇ ਮੈਨੂੰ ਚਾਹ ਬਣਾ ਕੇ ਦੇ। ਫਿਰ ਉਸ ਦਿਨ ਇਹ ਰੌਲਾ ਪਿਆ ਸੀਗਾ ਭਾਈ, ਉਹ ਇਹ ਲੜਾਈ ਸੀਗੀ ਵੀ ਚਾਹ ਮੈਂ ਨਹੀਂ ਬਣਾ ਕੇ ਦੇਣੀ, ਤੁਸੀਂ ਖੁਦ ਚਾਹ ਬਣਾ ਕੇ ਪੀਵੋ, ਵੀ ਜੇ ਮੈਂ ਬਣਾ ਕੇ ਦਊਂਗੀ ਤਾਂ ਮੇਰਾ ਮਨ ਕਰੂ। ਹੁਣੇ ਹੁਣੇ ਮੈਂ ਕਮੈਂਟਸ ਪੜ੍ਹਿਆ, ਤੁਹਾਡੇ ਲਈ ਕਮੈਂਟਸ ਆਇਆ, ਕਹਿੰਦੇ ਕਹਿੰਦੇ ਸਾਰਾ ਕੰਮ ਕਰਕੇ ਘੁੱਟ ਚਾਹ ਵੀ ਨਹੀਂ ਮਿਲਦੀ, ਹਾਏ ਓਏ ਰੱਬਾ ਇੰਨੇ ਮਾੜੇ ਦਿਨ ਆ ਗਏ। ਸ਼ੁਕਰ ਆ ਰੱਬ ਦਾ ਕੋਈ ਇਹਨਾਂ ਦੇ ਲਈ ਵੀ ਖੜਾ ਹੋਇਆ ਹੈ। ਵਰਦੀ ਚੇਂਜ ਆ ਜੀ ਹੁਣ, ਵਰਦੀ ਚੇਂਜ ਆ, ਉਹ ਭਾਈ ਸਾਰਾ ਕੰਮ ਵੀ ਤਾਂ ਕਰਨਾ, ਵਰਦੀ ਤਾਂ ਹੀ ਚੇਂਜ ਆ, ਓਏ ਓਏ ਓਏ। ਹਾਂ ਇੰਨੇ ਪਸ਼ੂਆਂ 'ਚ ਥੋੜ੍ਹੀ ਉਹ ਵਾਲੇ ਕੱਪੜੇ ਕੁੜਤੇ ਪਜਾਮੇ ਪਾ ਕੇ ਪਸ਼ੂਆਂ 'ਚ ਕਿੱਥੇ ਜਾਇਆ ਜਾਂਦਾ, ਉਹ ਜਾਊਗਾ ਜਿਹਨੇ ਭਲਵਾਨੀ ਗੇੜਾ ਕੱਢਣਾ। ਆਹੋ ਭਾਈ ਚਿੱਟਾ ਪਜਾਮਾ ਪਾਇਆ ਗਿਆ, ਹੁਣ ਸਮਝ ਲੱਗ ਗਈ ਜਿਹਨੇ ਵੀ, ਹੁਣ ਉਹ ਕਮੈਂਟ ਵਾਲੇ ਤੱਕ ਆ ਵੀਡੀਓ ਪਹੁੰਚਦੀ ਕਰਦੇ ਹੋ ਤੁਸੀਂ, ਕਮੈਂਟ ਪੜ੍ਹ ਕੇ ਆਇਓ ਜਾ ਕੇ ਉਹ ਵਾਲੀ ਵੀਡੀਓ 'ਤੇ, ਹੁਣੇ ਹੁਣੇ ਕਮੈਂਟ ਆ ਕਹਿੰਦੇ ਸਾਰਾ ਕੰਮ ਕਰਕੇ ਘੁੱਟ ਚਾਹ ਵੀ ਨਹੀਂ ਮਿਲਦੀ, ਹਾਏ ਫਿਰ ਰੱਬਾ। ਕਮੈਂਟਸ ਕਰਦਿਆ ਕਰੋ ਵੀ ਹਾਂ ਦੇਖੋ ਕਿੰਨਾ ਵਧੀਆ ਲੱਗਿਆ, ਮੈਨੂੰ ਗੁੱਸਾ ਨਹੀਂ ਆਇਆ, ਮੈਨੂੰ ਖੁਸ਼ੀ ਹੋਈ, ਇੰਨੀ ਮੈਨੂੰ ਖੁਸ਼ੀ ਹੋਈ ਨਾ ਬਹੁਤ, ਵੀ ਦੇਖ ਲਓ ਕਿਸੇ ਨੇ ਇੰਨੇ ਧਿਆਨ ਨਾਲ ਵੀਡੀਓ ਦੇਖੀ ਹੈ ਨਾ, ਦੇਖ ਕੇ ਕਮੈਂਟਸ ਕੀਤਾ, ਤੁਸੀਂ ਵੀ ਸਾਰੇ ਜਣੇ ਇੱਦਾਂ ਕਮੈਂਟਸ ਕਰਿਆ ਕਰੋ, ਵਧੀਆ ਲੱਗਦਾ। ਤੁਹਾਡੇ ਕਿਹੜਾ ਮੂੰਹ 'ਚ ਲੌਂਗ ਪਾਏ ਹੋਏ ਹੈ ਨਾ, ਮੈਨੂੰ ਤਾਂ ਐਂ ਲੱਗਦਾ ਵੀ ਜਿਹੜੇ ਕਮੈਂਟਸ ਨਹੀਂ ਕਰਦੇ ਉਹ ਅਨਪੜ੍ਹ ਨੇ, ਅਨਪੜ੍ਹੋ ਕਮੈਂਟ ਕਰ ਲਿਆ ਕਰੋ, ਪੜ੍ਹਨਾ ਲਿਖਣਾ ਸਿੱਖ ਲਓ ਮਾੜਾ ਮੋਟਾ। ਕੱਟ ਤੱਕੜੀ ਦੇ ਵਿੱਚੋਂ ਆਵੇ ਮੇ ਟਿਕੇ ਓਏ ਗੋਣਾ ਹੋ ਗਈ।
ਉਹ ਆ ਮਨਜਿੰਦਰ ਕੁਲਸ਼ਨ ਉਹ ਤਾਂ ਆਏ ਗਾਉਂਦੀ ਆ ਵੜ ਕੇ ਨਾ ਉਹ ਐਡੀ ਕਿਹੜੀ ਗੱਲ ਹੋ ਗਈ ਉਹ ਐਡੀ ਕਿਹੜੀ ਗੱਲ ਹੋ ਗਈ ਹੈਰ ਕੱਟ ਦਾ ਕਲੀ ਦੇ ਵਿੱਚੋਂ ਆਵੇਂ ਵੀ ਐਡੀ ਕਿਹੜੀ ਤੇ ਨਾਲ ਮੰਮੀ ਬਾਦੀ ਆਈ ਜਾ ਰਹੀ ਹੈ ਫਿਰ ਉਹ ਸਿੰਗਰ ਆ ਪ੍ਰੋਫੈਸ਼ਨਲ ਆ ਫਿਰ ਤੂੰ ਯੂਟਿਊਬ ਤੇ ਪੜੂ ਤੇਰਾ ਪਾਪਾ ਜਦ ਤੂੰ ਇਹ ਪਾਊਗਾ ਪੱਠੇ ਤੁਸੀਂ ਹੋਮਵਰਕ ਕਰੋ ਜਿਹੜਾ ਮਿਲਿਆ ਚਾਰ ਮਾਦੇ ਦੇ ਚੱਲ ਪੜਾਈ ਪ੍ਰੋਪਰ ਕਰੋ ਲਓ ਜੀ ਮੈਂ ਚਾਹ ਕਿਤੇ ਪੀਣੀ ਆ ਮੈਂ ਤਾਂ ਬਣਾਈ ਨਹੀਂ ਆਪਦੀ ਹੁਣ ਫੋਰਮੈਲਿਟੀਆਂ ਨਾ ਪੂਰੀਆਂ ਕਰੋ ਨਾ ਘੱਟ ਕਰੋ ਮੈਂ ਤਾਂ ਨਹੀਂ ਪੀਣੀ ਮੈਂ ਤਾਂ ਤੁਹਾਡੇ ਲਈ ਬਣਾਈ ਆ ਉਹ ਪੀ ਲਾ ਕਿਧਰੇ ਨਹੀਂ ਮਰਦੀ ਸਾਡੇ ਘਰੇ ਪੈ ਜਾਂਦਾ ਚਾਹ ਪਿੱਛੇ ਗਾ ਐਂ ਤਾਂ ਕੈਨੇਡਾ ਅਮਰੀਕਾ 'ਚ ਉਦੋਂ ਕੋਈ ਪੰਜਾਬੀ ਵੀ ਨਹੀਂ ਸੀਗਾ ਫਿਰ ਹੁਣ ਪਹਿਲਾਂ ਉਹ ਆਏ ਸੀ ਇੱਥੇ ਉਹ ਰਾਜ ਕਰਕੇ ਗਏ ਨੇ ਹੁਣ ਇੱਥੋਂ ਲੋਕ ਆਪਦੀਆਂ ਵੇਚ ਕੇ ਜਾ ਕੇ ਉੱਥੇ ਦਿਹਾੜੀਆਂ ਕਰਦੇ ਨੇ ਆਪਦੇ ਖੇਤ 'ਚ ਕੰਮ ਨਹੀਂ ਕਰਨਾ ਆਪਦੀ ਵੇਚ ਕੇ ਗਾਹਾਂ ਜਾ ਕੇ ਦਿਹਾੜੀਆਂ ਕਰਨੀਆਂ ਨੇ ਫਿਰ ਅੰਗਰੇਜ਼ਾਂ ਦਾ ਥੋੜ੍ਹੀ ਦੋਸ਼ ਆ ਦੋਸ਼ ਤਾਂ ਆਪਣਾ ਲਓ ਭਾਈ ਦੇਖ ਲਓ ਚਾਹ ਬਣਾ ਕੇ ਦੇ ਦਿੱਤੀ ਤੁਹਾਡੇ ਚਹੇਤੇ ਨੂੰ ਠੀਕ ਆ ਚਾਹੁਣ ਵਾਲਿਆਂ ਨੂੰ ਫਿਕਰ ਹੋ ਜਾਂਦੀ ਆ ਵੀ ਚਾਹ ਦੀ ਘੁੱਟ ਵੀ ਨਹੀਂ ਮਿਲਦੀ ਇੰਨਾ ਕੁ ਪਸ਼ੂਆਂ ਦਾ ਕੰਮ ਕਰਕੇ ਚਾਹ ਤਾਂ ਸਵੇਰੇ ਮੈਂ ਡੋਲੀ ਆ ਓਹੋ ਚਾਹ ਤਾਂ ਘੱਟੇ ਬਣੀ ਸੀ ਅਤੇ ਲਓ ਜੀ ਸ਼ਾਮ ਦਾ ਟਾਈਮ ਸੀਗਾ ਅਤੇ ਇੱਥੇ ਮੈਂ ਲੱਗੀ ਸੀਗੀ ਲੇਟ ਤਾਂ ਬਹੁਤ ਹੋ ਗਈ ਸੀ ਪਤਾ ਨਹੀਂ ਦਿਮਾਗ ਨੂੰ ਕੀ ਫਤੂਲ ਚੜਿਆ ਹੋਇਆ ਸੀਗਾ ਅਤੇ ਮੈਂ ਕਿਹਾ ਵੀ ਚਲੋ ਅੱਜ ਆਪਾਂ ਹਾਰੇ ਜੱਗ ਪਾ ਲੈਂਦੇ ਹਾਂ ਦਿਨ ਬੁੱਧਵਾਰ ਸੀ ਬੁੱਧ ਕੰਮ ਸ਼ੁੱਧ ਅਤੇ ਹਾਰੇ ਜੱਗ ਮੈਂ ਪਾ ਲਈ ਅੱਗ ਪਾ ਕੇ ਇੱਥੇ ਧਰੇ ਸੀਗੇ ਆਪਾਂ ਚਿੱਟੇ ਚਣੇ ਓਇਲ ਕਰਨੇ ਅਤੇ ਪਤੀਲੇ ਨੂੰ ਮੈਂ ਮਿੱਟੀ ਲਾ ਲਈ ਅਤੇ ਪਤਾ ਨਹੀਂ ਮੈਨੂੰ ਬਾਅਦ ਦੇ ਵਿੱਚ ਜਾਣੀ ਲੱਗਿਆ ਤਾਂ ਔਖਾ ਹੀ ਬਸ ਮਨ ਦਾ ਜਿਹੜਾ ਚਾਅ ਸੀ ਉਹ ਪੂਰਾ ਕਰ ਲਿਆ ਅਤੇ ਇਹ ਵੀ ਤੁਹਾਨੂੰ ਦੱਸਦੀ ਹਾਂ ਮਨ ਦਾ ਚਾਅ ਕਿਵੇਂ ਪੂਰਾ ਕਰਨਾ ਪੈ ਗਿਆ ਮਨ ਦਾ ਚਾਅ ਪੂਰਾ ਕਰ ਲੈਂਦੇ ਹਾਂ ਵੀ ਅਸੀਂ ਵੀ ਹਾਰੇ 'ਚ ਕੰਮ ਕਰੇ ਇਹ ਹਾਰਾ ਹੈ ਨਾ ਪਤਾ ਕੀ ਹੋਇਆ ਕਿ ਉੱਦਾਂ ਹੀ ਇੱਕ ਉਹ ਨਹੀਂ ਕਰਦੇ ਹੁੰਦੇ ਵੇਚਣ ਆਉਂਦੇ ਹੁੰਦੇ ਜਿਹੜੇ ਚੁੱਲ੍ਹੇ ਚਾਲੇ ਉਹਨਾਂ ਨੇ ਹੋਕਾ ਦਿੱਤਾ ਹੈ ਨਾ ਪਤਾ ਨਹੀਂ ਕੀ ਕਹਿੰਦੇ ਸੀ ਚੁੱਲ੍ਹੇ ਲੈ ਲਓ ਆਹ ਲੈ ਲਓ ਮੈਂ ਉਹੀ ਖੜੀ ਖੜੀ ਮੈਂ ਇਹਨਾਂ ਨੂੰ ਕਿਹਾ ਦੇਖੀ ਲੈਣੇ ਤਾਂ ਅਸੀਂ ਹੈ ਵੀ ਨਹੀਂ ਸੀ ਮੈਂ ਕਿਹਾ ਦੇਖ ਤਾਂ ਲਈਏ ਅਸੀਂ ਇਹ ਕਿਹਾ ਚੱਲ ਦੇਖ ਲੈਂਦੇ ਹਾਂ ਉਹ ਸਾਨੂੰ ਦੇਖਣ ਗਿਆ ਹੀ ਮਹਿੰਗਾ ਪੈ ਗਿਆ ਆਹੀ ਇੱਕ ਮੇਰੇ ਖਿਆਲ ਨਾਲ 20 ਕਿਲੋ ਬਹੁਤ ਵੱਡਾ ਪਤੀਲਾ 20 ਕਿਲੋ ਕਣਕ ਦਾ ਸੀ ਹਾਂ 20 ਕਿਲੋ ਕਣਕ ਦਾ ਆਹ ਇੰਨਾ ਕਾ ਹਾਰਾ ਮਿਲਿਆ ਸਾਨੂੰ ਧੱਕੇ ਨੇ ਰੱਖ ਗਿਆ ਕਦੇ ਭਾਈ ਚੁੱਲ੍ਹਾ ਰੱਖਦੇ ਮੈਂ ਕਿਹਾ ਲੈਣਾ ਨਹੀਂ ਵੀਰੇ ਕਦੇ ਕੁਛ ਰੱਖਦੇ ਕਦੇ ਕੁਛ ਰੱਖਦੇ ਤਵਾ ਲੈ ਲਓ ਆਹ ਲੈ ਲਓ ਆਹ ਲੈ ਲਓ ਤਵੀਆਂ ਲੈ ਲਓ ਮੈਂ ਉਹਨੂੰ ਕਿਵੇਂ ਕੁਛ ਨਹੀਂ ਲੈਣਾ ਮੈਂ ਤਾਂ ਵੈਸੇ ਹੀ ਬਾਹਰ ਨਿਕਲੇ ਸੀ ਵੀ ਕੀ ਵੇਚਣ ਵਾਲਾ ਭਾਈ ਆਇਆ ਹੈ ਨਾ ਧੱਕੇ ਨਾਲ ਹੀ ਰੱਖ ਗਿਆ ਹਾਏ ਰੱਬਾ ਕਹਿੰਦਾ ਪਤਾ ਕੀ ਕਹਿੰਦਾ ਕਹਿੰਦਾ ਆਹ ਇੱਕ ਪਤੀਲਾ ਤਾਂ ਮੈਂ ਤੇਰਾ ਪਤੀਲਾ ਇਹ ਹਾਏ ਹਾਏ ਓਏ ਰੱਬਾ ਪਤੀਲਾ ਇਹ ਤਾਂ ਮੈਂ ਕਿਹਾ ਟਰੱਕ ਜਿੱਡਾ ਤੇਰਾ ਪਤੀਲਾ ਫਿਰ ਮੈਂ ਕਿਹਾ ਚੱਲ ਹੁਣ ਜਦ ਹਟਦਾ ਹੀ ਨਹੀਂ ਹੈਗਾ ਨਾ ਧੱਕੇ ਨਾਲ ਇਹ ਕਹਿੰਦਾ ਚੱਲ ਕੋਈ ਨਾ ਲੈ ਲਾ ਹੈ ਨਾ 20 ਕਿਲੋ ਕਣਕ ਪਾ ਕੇ ਦਿੱਤੀ 500 ਚ ਪੈ ਗਈ ਜਦ ਮੈਂ ਬਾਅਦ 'ਚ ਹਿਸਾਬ ਲਾ ਕੇ ਦੇਖਿਆ ਮੈਂ 500 ਚਾਹ ਇੰਨਾ ਕੁ ਮਿਲਿਆ ਚਲੋ ਕੋਈ ਗੱਲ ਨਹੀਂ ਭਾਈ ਫਿਰ ਮੈਂ ਸੋਚਿਆ ਚਲ ਕੋਈ ਗੱਲ ਨਹੀਂ ਦਾਣੇ ਲੈ ਕੇ ਗਿਆ ਕਿਸੇ ਦੇ ਮੂੰਹ ਪੈਣਗੇ ਹੈ ਨਾ ਕੀ ਪਤਾ ਕਿਹੜੇ ਵਕਤ ਕਿਹੜੀ ਸੀਸ ਨੇੜੇ ਦੀ ਲੰਘ ਜਾਣੀ ਆ ਉਹਨੇ ਵੀ ਇਹੀ ਕਿਹਾ ਕਹਿੰਦਾ ਭੈਣੇ ਸਾਡੇ ਨਿਆਣੇ ਨੇ ਕਣਕ ਖਾਣੀ ਆ ਮੈਂ ਚੱਲ ਕੋਈ ਨਾ ਲੈ ਦਿਵਾਲੀ ਤੋਂ ਪਹਿਲਾਂ ਆਏ ਸੀਗੇ ਚਲੋ ਆਪਾਂ ਤੜਕਾ ਤੁੜਕਾ ਤਿਆਰ ਕਰੀਏ ਅਤੇ ਹਾਂਜੀ ਕਿਸ ਖੁਸ਼ੀ ਦੇ ਵਿੱਚ ਮੱਥਾ ਟੇਕਿਆ ਉਹ ਤੁਹਾਨੂੰ ਦੱਸਦੀ ਹਾਂ ਅਤੇ ਮੇਰੀ ਆ ਗਈ ਸੀਗੀ ਪੇਮੈਂਟ ਉਹ ਆਪਾਂ ਨੇ ਆਪਾਂ ਬੈਂਕ 'ਚੋਂ ਕਢਵਾ ਕੇ ਪੈਸੇ ਅੱਜ ਮੱਥਾ ਟੇਕਿਆ ਗੁਰੂ ਘਰ ਲਓ ਜੀ ਆਹ ਸੀਗੀ ਅੱਜ ਆਪਣੀ ਖੁਸ਼ਖੁਸ਼